ਜਿਸ ਸਵਾਲ ਕੀਤਾ ਮੀਆਂ ਮਜਨੂੰ ਨੂੰ, ਤੇਰੀ ਲੈਲਾ ਤੇ ਰੱਖਦੀ ਕਾਲੀ ਏ, ਜਵਾਬ ਦਿੱਤਾ ਮੀਆਂ ਮਜਨੂੰ ਨੂੰ, ਤੇਰੀ ਅੱਖ ਨਾ ਵੇਖਣ ਵਾਲੀ ਏ, ਪੁਰਾਣੇ ਪਾਤਸ਼ਾਹ ਚਿੱਟੇ ਸਫ਼ੇ ਉੱਤੇ ਲਿਖੀ ਸਿਆਹੀ ਕਾਲੀ ਏ, ਉੱਲੇ ਸ਼ਾਹ ਜਿੱਤੇ ਦਿਲ ਦੇ ਦੀਏ ਕੀ ਗੋਰੀ ਤੇ ਕੀ ਕਾਲੀ ਏ। ਡਰਾਮੇ ਕੰਮ ਕਦੋਂ ਪਹਿਲਾਂ ਚੋਰੀ ਚਾਰੀਆਂ ਕਰਦੇ ਸਨ, ਹੀਰ ਆਪਣੇ ਸ਼ੇਰ ਦੇ ਘਰ ਵੜ ਕੇ ਉਹਦਾ ਦਰਵਾਜ਼ਾ ਤੋੜਿਆ, ਸ਼ੇਰਾਂ ਦਾ ਤੋੜਿਆ, ਅੱਗੋਂ ਉਹਦਾ ਦਰਵਾਜ਼ਾ ਖੋਲਿਆ, ਤੂੰ ਸ਼ੇਰਾਂ ਪੁੱਟ ਕੇ ਖਲੋਵੇ, ਕਹਿੰਦਾ ਨਾ ਨਾ ਪੈਸੇ ਮੇਰੇ ਬੈਂਕ 'ਚ ਹੁੰਦੇ ਨੇ, ਮੈਂ ਸੇਫ 'ਚ ਹੁੰਦਾ। ਫਿਰ ਭਾਈ ਮੀਟਰ 10,000 ਰੁਪਏ ਬਿੱਲ ਦਾ ਬਿੱਲ ਆ ਗਿਆ, ਉਹਨੂੰ ਕਹਿੰਦਾ ਯਾਰ ਮੈਂ ਬਿੱਲ ਬਿੱਲ ਜ਼ਿਆਦਾ ਆ ਗਿਆ, 2,000 ਰੁਪਏ ਫੜਾ ਤੂੰ ਪਿੱਛੇ ਕਰ ਦੇ, ਉਹ 6 ਗਲੀਆਂ ਜਾ ਕੇ ਪਿੱਛੇ ਲਾਇਆ ਜਾ। ਇਹਨੂੰ ਕਸਮ ਖੁਦਾ ਦੀ ਦਿਲ ਕਮਲੇ ਤੇਰੇ ਖੇਲ ਗਰੀਬ ਚ ਕੀਤਾ ਹੈ, ਨਾ ਮਰ ਸਕਦਾ ਨਾ ਜੀ ਸਕਦਾ, ਦੁੱਖਾ ਬੇਤਰਤੀਬ ਚ ਕੀਤਾ ਹੈ, ਫਕਤ ਪਿਆਰ ਜਨਾਬ ਦੀ ਖਾਤਰ ਹਰ ਬਸ਼ਰ ਰਕੀਬ ਚ ਕੀਤਾ ਹੈ, ਕਿਸੇ ਦੌਰ ਦੇ ਹਾਤਮ ਤਾਈ ਅਸੇ ਤੇਰੇ ਪਿਆਰ ਗਰੀਬ ਚ ਕੀਤਾ ਹੈ। ਐ ਬੰਦੇ ਨੇ ਬਾਰਸਾ ਫੌਤ ਹੋ ਗਏ, ਮੈਂ ਪੁੱਛਿਆ ਤੇਰੇ ਬਾਰਸਾ ਫੌਤ ਕਿੰਨਾ ਖਰਚਾ, ਕਹਿੰਦੇ ਜੀ 16 ਟੀਲ ਕਿਉਂ ਹੋਣੇ ਲੱਗੇ ਨੇ, ਮੈਂ ਕੀ ਉਹ ਤਲ ਕੇ ਦਫਨਾਇਆ ਜੇ। ਇੱਥੇ ਭਾਜੀ ਫੌਤ ਹੋਏ ਨੇ, ਪੁੱਛੇ ਕੀ ਹੋਇਆ, ਕਹਿੰਦੇ ਹੈਂਗ ਹੋ ਗਏ ਨੇ। ਇਹਦੇ ਤਾਂ ਭਾਈ ਫੌਤ ਨੂੰ ਹੋ ਨਹੀਂ ਰਿਹਾ, ਉਹ ਮੈਂ ਤੂੰ ਹੋ ਕੇ ਨਹੀਂ ਰਿਹਾ, ਕਹਿੰਦਾ ਨਹੀਂ ਸਿਆਲਕੋਟ ਦਾ ਦਰਾਬਾ ਤੂੰ ਹੋ ਰਹਿੰਦਾ ਉਹਦੇ। ਇਹਦੇ ਭਾਜੀ 7-8 ਵਾਰੀ ਮਰ ਚੁੱਕੇ ਨੇ। ਕਿਹੜੀ ਗੱਡੀ ਹੈ ਜਿੱਦਾਂ ਇਹ ਥੋੜੇ ਸ਼ਹਿਰ ਦੇ ਕੋ ਫਿਰ ਟੈਂਕ ਨੂੰ ਪੈਕੇ ਕਰਦਾ ਆਏ, ਮੈਨੂੰ ਨਹੀਂ ਪਤਾ ਸਰ। ਖੋਤਾ ਰੇੜੀ, ਅੱਛਾ ਖੋਤਾ ਖੋਲੋਗੇ ਸ਼ਹਿਰ ਦੇ ਕੋ ਫਿਰ ਉਹਦੇ ਟੈਂਕ ਪੈਕੇ ਲੱਗੇਗਾ। ਅੱਛਾ ਤੁਸੀਂ ਕੀ ਲੈਣਾ? ਅਸੀਂ ਜੀ ਤੁਹਾਨੂੰ ਲੈਣਾ। ਅੱਛਾ ਉਹ ਕਿਹੜੀਆਂ 5 ਚੀਜ਼ਾਂ ਨੇ ਜਿਹੜੀਆਂ ਪੈਸੇ ਨਾਲ ਨਹੀਂ ਮਿਲਦੀ? ਇਹ ਮੈਨੂੰ ਨਹੀਂ ਜੀ ਪਤਾ। ਦੱਸੋ। ਸਿਹਤ, ਹਾਂ ਖੁਸ਼ੀਆਂ, ਹਾਂ ਉਮੀਦ ਜੀ, ਖੁਆਬ ਜੀ, ਤੇ ਤੁਸੀਂ ਇਹਨਾਂ ਸਫਰ ਕਰਕੇ ਬਸ ਮਤਲਬ ਨਹੀਂ ਆ ਰਹੀ, ਇਹੋ ਜਿਹਾ ਨੂੰ ਵਰਸ਼ਾ ਦੇ ਦਿੰਦੇ। ਗੱਡੀ ਬਣ ਕੇ
ਮੱਝਾਂ ਮੱਝਾਂ ਹੁੰਦੀਆਂ ਨੇ, ਗਾਵਾਂ ਗਾਵਾਂ ਹੁੰਦੀਆਂ ਨੇ, ਔਖੀਆਂ ਇਸ਼ਕ ਦੀਆਂ ਰਾਵਾਂ ਹੁੰਦੀਆਂ ਨੇ, ਸਾਰਾ ਜੱਗ ਸਮਾ ਕੇ ਲੈ ਲਿਆ, ਪਰ ਮਾਵਾਂ ਮਾਵਾਂ ਹੁੰਦੀਆਂ ਨੇ। ਕਿਆ ਬਾਤ ਹੈ, ਮਾਂ ਦੀ ਦਿਲੋਂ ਇੱਜ਼ਤ ਕਰਨੀ ਚਾਹੀਦੀ, ਪਿਓ ਦੀ ਖੈਰ ਹੈ ਲੇਕਿਨ ਬੰਬੀ ਲਾ ਲੈਣਾ। ਕਰ
ਮੈਂ ਯਾਰ ਸਾਖ ਨਹੀਂ ਚੋਲੀ ਹਾਂ ਉਹਦਾ ਹੁੰਦਾ ਜੋ ਨੌਕਰੀ ਤੇ ਆ ਰਿਹਾ ਆਪਣੀ ਕੁੜੀ ਨਾਲ ਵਿਆਹ ਕਰ ਰਿਹਾ ਇਸ ਨੂੰ ਬੁਲਾਇਆ ਕਿ ਤੁਸੀਂ ਵੇਖ ਲੈ ਸਹੀ ਮੇਰੀ ਭਾਜੀ ਹੈ ਉਹਨੂੰ ਤੋਂ ਦੂਰ ਰੱਖੇ ਸਾਥੀ ਜੋ ਹੋਇਆ ਤੁਹਾਡਾ ਬਿਹਤਰੀ ਨਾ ਅੱਛਾ ਆਪਣਾ ਡਾਂਸ ਆਤਾ ਨਹੀਂ ਨਹੀਂ ਤੁਸੀਂ ਡਾਂਸ ਨਹੀਂ ਹੈ ਤੇ ਤੈਨੂੰ ਕੀ ਕਹਿ ਰਹੇ ਨੇ ਪੰਜਾਬੀ ਥੀਏਟਰ ਆ ਕੇ ਕਿੰਨੇ ਪੜਦੀ ਆਰਾਮ ਨਾਲ ਇਹ ਨੱਚੂ ਇਹਨਾਂ ਦੀ ਕਿਤੇ ਰੋਟੀ ਖਾਂਦੇ ਓਏ ਰੋਟੀ ਲੱਗਾ ਲੈਂਦਾ ਓਏ ਸਾਲਾਂ ਦੇ ਇਹ ਦਿੰਦੇ ਨੇ ਡਾਂਸ ਨਹੀਂ ਜਾਂਦਾ ਨਹੀਂ ਇੱਥੇ ਅਮਰ ਨਹੀਂ ਓਏ ਤਮੀਜ਼ ਨਾ ਸਮਝਿਆ ਚਲੋ ਤਮੀਜ਼ ਨਾ ਗੱਲ ਕਰ ਲੈਣੇ ਯਹਾਂ ਮੈਂ ਬੋਲ ਨਹੀਂ ਆਈ ਹੋ ਇਹਨੇ ਮੱਤੀ ਮੈਂ ਕੋ ਚੁੱਪੋ ਜੋ ਨਾ ਮੈਂ ਆਪ ਠੱਡ ਪਾਦਾ ਓਏ ਇਹ ਡਾਂਸ ਨਹੀਂ ਆਂਦਾ ਮੈਨੂੰ ਤੇ ਨਾਲ ਗੁੱਸੇ ਬੜਾ ਭਾਸ਼ਾ ਲੱਗਿਆ ਆਪਣੇ ਜੋ ਛਾਪਾ ਪਾਉਂਦੇ ਸਾਰੇ ਨਿਕਲਦੇ ਨੇ ਮੈਂ ਫੜਿਆ ਜਾਂਦਾ ਅੱਛਾ ਗੱਲ ਲੋਕ ਘਰ ਦੇ ਸਾਰੇ ਕੰਮ ਕਰਦੇ ਮੰਨਦੇ ਸਾਰੇ ਕੰਮ ਕਰਦੇ ਆ ਜਿਹੜਾ ਬਿਆਹ ਕੋਈ ਰਗੜਿਆ ਜਾਏਗਾ ਓਏ ਸਾਹਮਣ ਨੂੰ ਪਤਾ ਕੀ ਕਿਹਾ ਕੀ ਉਹਦਾ ਦਰਵਾਜ਼ਾ ਉੱਚਾ ਕਿਡਾਓ ਜਦੋਂ ਨੰਨਾ ਮੇਰੇ ਇੱਥੇ ਵੱਜਦਾ ਜੀ ਹੈਲੋ ਹੈਲੋ ਹਾਂਜੀ ਉਹ ਬੇਫਿਕਰ ਹੋ ਜਾ ਜਨਾਬ ਆਪ ਪਹੁੰਚ ਗਿਆ ਮੈਂ ਉਸੇ ਘਰ ਚ ਪਹੁੰਚ ਗਿਆ ਹਾਂ ਹਾਂ ਉਹ ਐਮਆਰਸੀ ਪ੍ਰੋਟੈਕਸ਼ਨ ਹਾਂ ਲਿਖਿਆ ਹੈ ਦਰਵਾਜ਼ ਕਿਸੇ ਬੰਦੇ ਨੂੰ ਭੇਜ ਜਾ ਕੇ ਜਨਾਬ ਇਹੀ ਗੱਲ ਕਰਦਾ ਪਿਆ ਕੰਮ ਦੱਸੋ ਕੰਮ ਕੀ ਹਾਂ ਮੈਂ ਤਾਂ ਮੇਰੀ ਗੱਲ ਸਮਝ ਨਹੀਂ ਆ ਰਹੀ ਮੈਂ ਤੁਹਾਨੂੰ ਕਹਿ ਰਿਹਾ ਕਿਸੇ ਬੰਦੇ ਨੂੰ ਬੁਲਾਓ ਉਹ ਪਾਈਆ ਪੂਰਾ ਗੱਲ ਦਾ ਦੱਸ ਕੀ ਕੰਮ ਹੈ ਦੱਸ ਕੀ ਕਰਨਾ ਹੈ ਬੋਲ ਗੱਲ ਕਰ ਗੱਲ ਬੋਲ ਆ ਕਰ ਰਿਹਾ ਬੈਗ ਕਰ ਰਿਹਾ ਮੇਜਰ ਵੀ ਪੈਸੇ ਘਬਰਾ ਹੋਏ ਨਾ ਮੈਂ ਆਪ ਵੀ ਘਬਰਾ ਰਿਹਾ ਓਕੇ ਹਾਂਜੀ ਕਿਸੇ ਬੰਦੇ ਨੂੰ ਭੇਜੋ ਬਦਮੀਜ਼ੀ ਨਹੀਂ ਕਰਨਾ ਚਾਹਤਾ ਔਰ ਤੇਰਾ ਦਿਮਾਗ ਖਰਾਬ ਭਾਈ ਬੰਦਾ ਔਰਤ ਮਤ ਵਰਗਾ ਹੀ ਔਰਤ ਔਰਤ ਮੰਨੋ ਜਾਂ ਨਾ ਮੰਨੋ ਇਹ ਕਿਸੇ
ਕਰਾਂ? ਬੰਦਾ ਤੇ ਬੰਦਾ ਹੀ ਆ। ਇਹ ਬੰਦਾ? ਆਹੋ ਬੰਦਾ ਹੀ ਆ, ਕੀ ਕਰਨਾ ਦੱਸ। ਕਮੀਜ਼ ਲਾ ਕੇ ਮੋਢਿਆਂ ਤੇ ਟੰਗ। ਇਹੋ ਜਿਹੀ ਔਰਤ ਸਵੇਰੇ ਉੱਠੇ ਸਭ ਤੋਂ ਪਹਿਲੇ ਗੱਲ ਕਰਦੀ।
ਮਰ ਗਿਆ ਸੈਕਟਰੀ
ਚਾਂਦੀ
कितना पड़ी है? मैंने डबल एमबी की है। तो पहला खराब हो गया। किसी और को पड़ी तो हो पर पहला तो एमजी। डबल एमबी कर रही हो क्योंकि मां-बाप के पैसे जाया नहीं करते। अच्छा मां-बाप बड़ी मुश्किल से कमाते हैं।
यहाँ आपके लिए बहुत प्यारी ड्रामे हो रहे हैं, आप लोग आया करें, दोस्तों में तस्कर किया करें और फिर यहाँ आया करें, ड्रामा देखा करें। आप ही नहीं इस थिएटर को बढ़ाना है, हमने तो आपके लिए बनाया है। मैं प्यार करने लगी हूँ इनसे जो इतना डरा।
ਕਮਾਈ ਕੈਸੇ ਕਰੋ। ਦਿਲ ਤਾਂ ਪਾਗਲ ਹੈ ਦੋ ਘੜੀਆਂ ਨੂੰ ਸੁਣਾ। ਲੈ ਕਿਹੜੀ ਗੱਲ ਹੈ ਸੁਣਾ। ਦਿਲ ਤਾਂ ਪਾਗਲ ਏ ਦੋ ਘੜੀਆਂ ਰੋ ਕੇ ਚੁੱਪ ਕਰ ਜਾਉ। ਉਹ ਪੁੱਤਰੀ ਮਾਨ ਕਰ ਕੀ ਜਿੱਥੇ ਸਾਡੀ ਦੁਨੀਆ ਬਣ ਗਈ ਤੂੰ ਵੀ ਕਿਤੇ ਬਣ ਜਾਉ। ਮੇਰੇ ਪੈਸੇ ਵਾਪਸ ਕਰ ਦੇ ਮੇਰਾ ਨਹੀਂ ਇਰਾਦਾ। ਮੈਂ ਮਾੜਾ ਸੇ ਤੋਂ ਵੜ ਗਏ ਤੇਰਾ ਬਸ ਤੁਸੇ ਆਤਾ। ਬੜਾ ਕਰੋ ਜ਼ਮੀਰ ਕੋ ਬੜਾ ਕਰੋ ਸੋਚ ਬੜੀ ਕਰੋ। ਆਲਰੇਡੀ ਬਹੁਤ ਛੱਡ ਗੰਨਾ ਦੀ ਯਾਰੀ ਨੂੰ ਇੱਕ ਦੋ ਦੋ ਯਾਰ ਬਣਾ ਦੀਆਂ ਯਾਰ ਮਰਵਾ ਬੰਦਾ ਕਿਆ ਸੜਿਆ ਛੱਡ ਵੀ ਦੇਵੇ ਇਹਦੇ ਫੁੱਲ ਤਵੀਜ਼ ਕਰਾਤ ਦੀਆਂ ਔਰ ਨਾ ਹੋਵਣ ਅਸਲੀ ਨਸਲ ਦੀਆਂ ਕਿ ਬੁੱਲੇ ਸ਼ਾਹ ਜਿਹਾ ਪੀਰ ਨਜਾ। ਬੱਚੇ ਕੰਜਰਾਂ ਦੇ ਮੈਂ ਕੋਈ ਛੋਟਾ ਕੁਛ ਖਾਤਾ ਸਲਾਮਤ ਰਹੇ ਆਪਣੇ ਚੌਧਰੀ ਸਾਹਿਬ ਨੂੰ ਆਵਾਜ਼ ਦਿੰਦੇ ਹਾਂ ਚੋਇਸ ਹੈ ਅਸਲਾਮ।
ਤੁਹਾਡੇ ਮਾਲਕ ਅਸੀਂ ਤੁਹਾਡੇ ਨਾਲ ਕੋਈ ਸਰਫਾਸ ਨਾ ਕਰ ਰਹੇ ਤੈਨੂੰ ਜਿਹੜੀ ਗੱਲ ਮੈਂ ਪਿੰਡੋਂ ਸਮਝਾ ਕੇ ਤੁਰਿਆ ਉੱਤੇ ਰਹਿਣਾ ਤੂੰ ਇੱਥੇ ਚੌਧਰੀ ਹੈ ਤੇ ਮੈਂ ਤੇਰਾ ਕਾਮਾ ਵਾਂ ਕੌਣ ਉਹ ਤੂੰ ਚੌਧਰੀ ਮੈਂ ਕਾਮਾ ਚੌਧਰੀ ਆ ਤਾਂ ਤੂੰ ਹੈ ਤੇਰੇ ਕੋਲ ਚੌਧਰੀ ਉਸਤਾਦ ਹੈ ਮੈਂ ਚੀਦਾ ਮੇਰੇ ਪਿਓ ਦਾ ਨਾਮ ਕਾਮੂ ਹੈ ਓ ਯਾਰ ਤੂੰ ਸਮਝ ਨਹੀਂ ਰਿਹਾ ਤੈਨੂੰ ਪਤਾ ਜਦੋਂ ਪਿੰਡੋਂ ਟੁਰਨ ਲੱਗੇ ਤਾਂ ਮੈਂ ਤੈਨੂੰ ਕੀ ਸਮਝਾਇਆ ਸੀ ਮੈਂ ਤੈਨੂੰ ਕਿਹਾ ਸੀ ਸ਼ਹਿਰ ਜਾ ਕੇ ਤੂੰ ਮਾਲਕ ਹੈ ਤੇ ਮੈਂ ਨੌਕਰ ਆ ਇਸ ਲਈ ਕਿ ਅੱਬਾ ਜੀ ਨੇ ਮੈਨੂੰ ਭੇਜਿਆ ਆਪਣੀ ਸ਼੍ਰੀ ਕੇ ਹਜ਼ਾਰ ਦਾ ਇੰਤਖਾਬ ਕਰਾ ਲੈ ਵਾਹ ਯਾਰ ਓ ਵਾਹ ਯਾਰ ਨਹੀਂ ਹੈ ਸ਼੍ਰੀ ਕੇ ਯਾਰ ਕੌਣ ਓ ਟੁੱਟੀ ਕੁੱਟੀ ਅੱਛਾ ਬੁੜੀ ਟੀਵੀ ਜਾਣਾ ਟੀਵੀ ਮੈਂ ਬੀਬੀ ਦਾ ਇੰਤਖਾਬ ਕਰਨਾ ਚਾਹ ਰਿਹਾ ਤੇ ਮੈਂ ਚੱਲ ਰਿਹਾ ਦੁਨੀਆ ਤੇ ਔਰਤ ਉਹ ਮਿਲੇ ਮੈਨੂੰ ਜਿਹੜੀ ਮੈਨੂੰ ਪਿਆਰ ਕਰੇ ਮੇਰੀ ਦੌਲਤ ਨੂੰ ਪਿਆਰ ਨਾ ਕਰੇ ਕਿਸੇ ਨੂੰ ਵੀ ਦੱਸਣਾ ਕਿ ਤੂੰ ਕੰਮ ਹੈ ਤੇ ਮੈਂ ਚੌਧਰੀ ਆ ਤੂੰ ਦੱਸਣਾ ਕਿ ਤੂੰ ਚੌਧਰੀ ਹੈ ਤੇ ਮੈਂ ਤੇਰਾ ਭਾਜੀ ਮੈਂ ਹਾਂ ਚੌਧਰੀ ਕੌਣ ਹੈ ਹਵਾਈ ਸ਼ਹਿਰ ਬਣੇ ਇੱਥੇ ਤੇ ਮੈਂ ਚੌਧਰੀ ਹਾਂ ਤੇ ਤੂੰ ਕਾਮਾ ਤੂੰ ਚੌਧਰੀ ਮੈਂ ਕਾਮਾ ਸਮਝ ਆਈ ਹੋ ਸਮਝ ਆ ਵਾਹ ਮੈਂ ਚੌਧਰੀ ਹਾਂ ਤੂੰ ਕਾਮਾ ਹਾਂ ਯਾਰ
ਜੱਜ ਸਾਹਿਬ ਦੇ ਸਾਹਿਬਜ਼ਾਦੇ ਨੇ ਚੌਧਰੀ ਆਦਮ ਦਾ ਤੇ ਚੌਧਰੀ ਸਾਹਿਬ ਲੰਮਿਆ ਪਿਆ
ਘਰੇ ਪਾਣੀ ਪੁਣੀ ਮਸਾਂ ਲੋਟੇ ਤੇ ਬੈਠ ਵਾਲਿਆ ਬੜੀ ਰੇਤ ਆਉਂਦੀ ਜੀ ਮਾਂ ਦੀ ਲੋਕੀ ਭੱਜ ਮੈਂ ਆਪਣੇ ਕੁੜੀ ਨਾਲ ਗੱਲ ਕਰਾਂ ਤੇ ਇੱਕ ਮਿੰਟ ਤੁਸੀਂ ਵੇਖ ਲਓ ਵਿਆਹ ਨਹੀਂ ਕਰਨਾ ਵੇਖ ਲਾਂਗਾ ਵੇਖ ਲਾਂਗਾ ਵੇਖ ਲਾਂਗਾ
ਹੈਲੋ ਕੌਣ ਓਏ ਛੋਕਿਆ ਮੈਂ ਬੋਲਣ ਦਿਆ ਮੈਂ ਤਾਂ ਗਾ ਓ ਮੇਰਾ ਯਾਰ ਤੋਂ ਵੀ ਵਿਚਾਰ ਆ ਕੀ ਹਾਲ ਹੈ ਤੇਰਾ ਬਸ ਠੀਕ ਠਾਕ ਹੈ ਆ ਮੈਂ ਕਹਾ ਮੁੰਡੇ ਮੇਰੇ ਪਹੁੰਚ ਗਏ ਨੇ ਮੁੰਡੇ ਤੇਰੇ ਪਹੁੰਚ ਗਏ ਬਈ ਅੱਛਾ ਗੱਲ ਸੁਣ ਹਾਂ ਤੇਰਾ ਮੁੰਡਾ ਬਹੁਤ ਚੰਗਾ ਹੈ ਅੱਛਾ ਤੇਰਾ ਨੌਕਰ ਬੜਾ ਬਦਤਮੀਜ਼ ਹੈ ਉਹ ਨਹੀਂ ਯਾਰ ਮੈਨੂੰ ਕੋਈ ਗਲਤ ਫਹਿਮੀ ਹੋਈ ਨਹੀਂ ਛੋਕਿਆ ਔਰ ਪੁੱਤਰ ਤੇ ਮੇਰਾ ਬੜਾ ਅਥਰਾ ਹੈ ਔਰ ਨੌਕਰ ਤੇ ਮੇਰਾ ਬੜਾ ਵਿਚਾਰਾ ਸ਼ਰਮੀਲਾ ਜਿਹਾ ਬੜਾ ਸਾਦਾ ਹੈ ਅੱਛਾ ਅਸ਼ਰੀਫ ਆਦਮੀ ਹੈ ਜੇ ਤਾਂ ਫੇਰ ਵੀ ਕਹਿੰਦੇ ਮੈਂ ਪੁੱਛ ਲੈਣਾ ਉਹਨੂੰ ਇਹ ਕਿਹੜੀ ਗੱਲ ਹੈ ਉਹ ਗੱਲ ਸੁਣ ਉਹ ਜੇ ਤੂੰ ਪੁੱਛਣਾ ਪਛਾਣ ਦੀ ਕਿਹੜੀ ਗੱਲ ਹੈ ਮੇਰੇ ਕੋਲ ਬੈਠੇ ਹੋਣੀ ਪੁੱਛ ਲੈ ਟਕਰਾ ਗੱਲ ਨਾ ਜੀ ਹਾਂਜੀ ਸਲਾਮ ਅਲੈਕਮ ਹਾਂਜੀ ਹਾਂਜੀ ਸ਼ੁਕਰ ਅਲਹਮਦੁਲਿਲਾ ਕੀ ਜੀ ਬਹੁਤ ਹੀ ਟਾਈਮ ਨਾਲ ਜੀ ਨਹੀਂ ਨਹੀਂ ਕੋਈ ਟੈਨਸ਼ਨ ਨਹੀਂ ਤੁਸੀਂ ਦੱਸੋ ਪਿੰਡ ਖਾਰ ਕਰੀਏ ਤੇ ਸਾਰੀ ਚਲੋ ਠੀਕ ਹੈ ਆ ਜਾਾਂਗੇ ਦੋ ਤਿੰਨਾਂ ਦੇ ਲੜ ਜੀ ਅੱਲਾਹ ਹਾਫਿਜ਼ ਹਲੋ ਜੀ ਕੋਈ ਗੱਲ ਕਿਸ ਤਰ੍ਹਾਂ ਹੋਵੇ ਟਾਂਗੇ ਕਹਿਣ ਦਾ ਮਤਲਬ ਇਹ ਹੈ ਕਿ ਅਸਲਾਮ ਅਲੈਕੁਮ
ਵਾਲੇਕੁਮ ਅਸਲਾਮ ਰਹਿਮਤੁਲਾਹ ਹੈ ਬਰਕਾਤੋ ਕੈਸੀ ਆ ਆਈ ਐਮ ਗੁੱਡ ਐਂਡ ਯੂ ਇੰਗਲਿਸ਼ ਨਾ ਬੋਲਿਆ ਕਰੋ ਬਾਏ ਕੱਲ ਵੀ ਮੇਰੇ ਦੋਸਤ ਇੰਗਲਿਸ਼ ਬੋਲੀ ਉਹਦੇ ਕਰੇ ਤੇ ਡਬਲਯੂ ਪਾਸ ਕਰ ਫਿਰ ਮੈਂ ਆਪਣਾ ਅਲਫਾ ਕੱਢਿਆ ਖੋਚਲ ਪੂਰਾ ਕਰ ਗਿਆ ਉਹ ਹੋਇਆ ਪਿੱਛੇ ਵੀ ਬੈਠੇ ਨੇ ਹਾਂ ਜੀ ਪਿੱਛੇ ਬੈਠੇ ਡਰਾਮਾ ਵੇਖਣ ਦੇ ਸ਼ਕੀਨ ਨੇ ਓਕੇ ਆ ਜਿਹੜੇ ਅੱਗੇ ਅੱਗੇ ਬੈਠੇ ਨੇ ਹਾਂ ਇਹ ਅੱਗੇ ਦੇ ਸ਼ਕੀਨ ਨੇ ਆ ਜੀ ਸੈਂਟਰ ਵਾਲੇ ਇਹ ਲਗੀ ਬੱਬੀ ਲਾਈ ਰੱਖ ਦੇ ਜਿਹੜੀ ਚੱਕੀ ਲੱਗੀ ਅੱਗੇ ਦੇ ਲਾ ਲੋ ਖਾਲੀ ਲੱਗੀ ਪਿੱਛੇ ਬੈਜੋ ਅੱਛਾ ਤੋ ਇਹ ਸਾਰੇ ਨਾਮ ਜੋ ਹੈ ਇਹ ਚੱਕੀ ਹੈ ਚੱਕੀ ਚੱਕੀ ਅੱਛਾ ਚੱਕੀ ਹੈ ਇਹ ਸਾਰੇ ਹਾਂ ਜੀ ਫੁੱਟੀ ਉੱਲੋ ਮਾਰ ਤੇ ਜੈਨੀ ਪੁੰਡੀ ਕਰਦੇ ਤੂੰ ਤੇ ਗਾਲੀ ਨਹੀਂ ਹੁੰਦੀ ਹਾਂ ਮੈਂ ਨਹੀਂ ਹੁੰਦੀ ਨਾ ਤੂੰ ਵਾਂ ਕੈਸੇ ਹੋ ਤੇਰੀ ਭੈੜਾ ਤੇ ਸਮਝਾਉਣਾ ਲੱਗ ਪਿਆ ਆਪ ਹੀ ਉਸ ਧਿਆਨੇ ਲੱਗ ਗਏ ਪਿੱਛੇ ਅਸੀਂ ਪੁਲਿਸ ਰਾਤ ਲੱਗਣਾ ਸੀ ਮੈਨੂੰ ਲੱਗਦਾ ਸੀ ਰਾਵੀ ਵਾਲਾ ਬੋਲ ਨਹੀਂ ਲੱਗਣਾ ਕੁੜੀ ਨੂੰ ਕੁਛ ਨੀ ਕਹਿੰਦੇ ਇਹ ਮੁੱਛ ਨੂੰ ਵੱਟ ਦੇ ਕੇ ਨਾਲ ਦੇਣ ਕਹਿੰਦੇ ਹਾਜੀ ਪਤਾ ਕਰ ਰਹੇ ਨੀ ਕਿੱਥੇ ਕਿਦੋਂ ਦੇਗੀ ਰਿਸਪੈਕਟ ਔਨਰ ਚਾਹ ਪਾਣੀ
ਮਾੜੀ ਬੋਤਲ ਪਾਈ ਹੈ ਨਹੀਂ ਐ ਕਰ ਜਾਂਦੇ ਬਰਾਬਰ ਤੁਸੀਂ ਮੈਂ ਇਹ ਨਾ ਯਾਰ ਸਰ ਆਪ ਇਹ ਪਤਾ ਮੈਂ ਕਬ ਸੇ ਨਹੀਂ ਇੱਜ਼ਤ ਦੇ ਰਹੀ ਨਹੀਂ ਮੈਂ ਜੀ ਆਪਨੇ ਮੈਂ ਕਿਸੇ ਨਾਲ ਰਿਸਪੈਕਟ ਤੇ ਨਹੀਂ ਜੀ ਆਪਨੇ ਮੈਨੂੰ ਇੱਜ਼ਤ ਸੇ ਬਾਤ ਕਰ ਰਹੇ ਆਪਨੇ ਮੇਰੇ ਵਾਕੇ ਬਹੁਤ ਇੱਜ਼ਤ ਦੀ ਹੈ ਮੈਨੂੰ ਲੁੱਟੀ ਨਹੀਂ ਖੁਤਰੇ ਮਰ ਗਏ ਭਰੀ ਪਈ ਔਰਤਾਂ ਦਾ ਖੁਤਰੇ ਠੀਕ ਨੇ ਔਰਤਾਂ ਦੇ ਬੜੇ ਝੰਡ ਨੇ ਤੁਸੀਂ ਚਲੇ ਗਏ ਹੋ ਪਿਛਲੇ ਕਮਰੇ ਚ ਮੈਂ ਕਿਹਾ ਸਿੱਧੀ ਹੋ ਕੰਜਰ ਮੈਨੂੰ ਸਿੱਧਾ ਹੋ ਗਿਆ ਕਪੜੇ ਪਾਉਣੇ ਕਿ ਨਹੀਂ ਇੱਥੇ ਵੀ ਮਾਂ ਚਲੀ ਗਿਆ ਗਰਮੀ ਬੜੀ ਹੈਗੀ ਕਿਧਰ ਆ ਰਹੇ ਹੋ ਕੋਣ ਹੋ ਉਹ ਕੋਣ
ਬਸ ਭਰਾ ਉੱਠਣ ਤੋਂ ਬੋਲਦੇ ਆ ਸ਼ਾਦੀ ਹੋਈ ਤੁਹਾਡੇ? ਨਹੀਂ ਅਜੇ ਵੀ ਸ਼ਾਦੀ ਨਹੀਂ ਹੋਈ। ਕਰਾਉਣੀ ਹੈ। ਕਿਉਂ? ਮੌਸਮ ਨਿਕਲਦਾ ਤਾਂ ਪਿੱਛੇ ਪਿੱਛੇ ਇਸ ਮੁਰਿਆ ਅੱਗੇ ਚੰਦ ਦਿਨ ਬਾਅਦ ਆ ਰਿਹਾ ਮੌਸਮ ਸੱਕੀ ਮੁੱਢੀ ਬੁਰੀ ਲੱਗਦੀ ਹੈ ਬੰਦਾ ਕਹਿਣ ਭਰਾ ਅੱਗੇ ਮੌਸਮ ਚੱਲ ਰਿਹਾ ਬਹੁਤ ਬਹੁਤ ਮਤਲਬ ਵਿੰਟਰ ਨੇ ਹਾਂ ਵਿੰਟਰ ਤਾਂ ਨਹੀਂ ਆ ਵਿੰਟਰ ਨਹੀਂ ਪਰ ਸਾਨੂੰ ਬੜੀ ਠੰਡ ਹੋ ਗਈ ਹੁਣ ਤੇ ਠੰਡ ਆਏ ਬੇਹਤਰੀਨ ਪੈਕ ਕਰ ਦਿਓ
ਮੁੰਡੇ ਕੱਪੜੇ ਪਾ ਕੇ ਆਇਆ ਉਹ ਬੜਾ ਅਮੀਰ ਆਦਮੀ ਹੈ ਪਾਪਾ ਕਾਹੇ ਦਾ ਅਮੀਰ ਹਾਂ ਆਪਕੋ ਪਤਾ ਹੈ ਨਾ ਮੈਂ ਓਪਨ ਮਾਈਂਡਡ ਹੂੰ ਆਹੋ ਜੇ ਸਿਰਫ ਪਾਗਲ ਬੰਦੇ ਨਾਲ ਸ਼ਾਦੀ ਨਹੀਂ ਕਰਨੀ ਕਿਆ ਬੋਲ ਰਿਹਾ ਹੋਰ ਬੰਦ ਚੀਕਾਂ ਨਾਲ ਛਾਪਾ ਮੈਂ ਇਹਨੂੰ ਨਹੀਂ ਹੋਰ ਪਾਗਲ ਇਹ ਉਹ ਤੇਰਾ ਤੂੰ ਸਮਝਾਉਣ ਦੇ ਐ ਆਂਦੀ ਪਾਗਲ ਆਂਦੀ ਤਾਂ ਪਿੰਡ ਦੀ ਤੁਹਾਡੇ ਫੋਰਮ ਮੈਂ ਜਿਹੜੇ ਕਿ ਮਾਪੋ ਦੀ ਸੱਤ ਸੱਤ ਗੱਲ ਮੰਨ ਲਈ ਹੈ ਮਗਰ ਸ਼ਹਿਰ ਦੀ ਕੁੜੀਆਂ ਇਹਨੂੰ ਨੱਥੇ ਚੜੀ ਕੋਈ ਨਹੀਂ ਮਾਪੇ ਦੀ ਸਤਵਾਨੀ ਤਾਂ ਬੇਵਕੂਫ ਹੈ ਜੇ ਮਾਂ ਜੰਨਤ ਆਉਂਦੀ ਹੈ ਤਾਂ ਪਿਓ ਜੰਨਤ ਦਾ ਦਰਵਾਜ਼ਾ ਹੁੰਦਾ ਹੀ ਜੀ ਓਏ ਕੋਈ ਜਦਾਂ ਕਰੀ ਜੰਨਤ ਦੇ ਮਨ ਪਿਓ ਦੀ ਵਿਆਹ ਕਰ ਦਿੱਤੀ ਕੀ ਹੈ ਨਾ ਹੁਣ ਅੱਛਾ ਗੱਲ ਸੁਣ ਇਹ ਮੁੰਡਾ ਬੜਾ ਚੰਗਾ ਹੈ ਭਾਈ ਸੁਣ ਰੋ ਜਾਈ ਮੰਡੀ ਵਾਲਿਆਂ ਨੇ ਮਸਲੇ ਹੱਲ ਕਰੋ ਮੰਡੀ ਵਾਲੇ ਮੈਂ ਸਿੱਖ ਮੰਡੀ ਨੇ
ਬਹਿਰਾਂ ਸਾਡੇ ਦੋਵਾਂ ਦੇ ਛੋਟੇ ਛੋਟੇ ਮਸਲੇ ਨੇ ਕੀ ਮਸਲਾ ਹੈ ਹੱਲ ਕਰ ਦਿਓ ਦੱਸੋ ਉਹਦਾ ਛੋਟਾ ਜਿਹਾ ਮਸਲਾ ਮੇਰਾ ਵਾਲਾ ਥੋੜਾ ਜਿਹਾ ਵੱਡਾ ਮਸਲਾ ਤੁਸੀਂ ਪਹਿਲੇ ਆਪਣਾ ਮਸਲਾ ਦੱਸੋ ਮੇਰਾ ਮਸਲਾ ਹੈ ਕਿ ਅਸੀਂ ਆਪਣਾ ਪੰਜ ਬੰਦੇ ਦਾ ਘਰ ਚਾਹੁੰਦੇ ਉਹ ਛੋਟਾ ਹੈਗਾ ਉਹ ਕਹਿੰਦਾ ਕੋਈ ਗੱਡੀ ਛੱਡੀ ਹੋਵੇ ਉਹ ਮੈਂ ਤੇ ਆਪ ਰਾ ਮੇਰਾ ਮੇਰੇ ਥੱਲੇ ਗੱਲਾਂ ਕਰ ਪੂਰੀ ਫੈਮਿਲੀ 5000 ਤੋਂ ਇਕੱਠੇ ਲਿਖਿਆ ਤੂੰ ਸ਼ੁਕਰ ਕਰ ਡਰਾਮੇ ਚਾਹ ਰਿਹਾ ਸੋਹਣੀਆਂ ਸੋਹਣੀਆਂ ਕੁੜੀਆਂ ਨਾਲ ਲਗਾ ਫਿਰ ਹਾਂ ਜਿਵੇਂ ਦੀ ਕਿਹੜੀ ਸ਼ਕਲ ਤੂੰ ਮੰਡੀ ਕੇਲੇ ਵਿੱਚ ਨਾ ਚਿਕਰੀ ਓਏ ਯਾਰ ਕਹਿੰਦੇ ਨੇ ਆਪਣੇ ਹੁੰਦੇ ਉੱਤੇ ਮਤਲਬ ਵੀ ਮਿੰਟ ਦਾ ਪਾਕਿਸਤਾਨ ਟੀਮ ਵਾਲੇ ਡਰਾਮੇ ਨੇ ਮੈਂ ਜਾਂਦੇ ਨਹੀਂ ਹਾਂ ਮੈਨੂੰ ਕੀ ਪਖਾ ਦੇ ਮੈਂ ਕੋਈ ਦੋਤਾ ਨਹੀਂ ਜਾਂਦਾ ਕੀ ਸਹੀ ਹੈ ਉਹ ਆਪ ਕੋਈ ਨਾ ਸ਼ਾਦੀ ਕਰਨੀ ਹੈ ਵੀ ਕਿੰਨਾ ਕਿੰਨਾ ਖਰਚਾ ਕਿੰਨੇ ਦਾ ਹਾਂ ਕੀ ਗੱਲ ਹੈ ਕਹਿ ਸਕਦੇ ਨਹੀਂ ਕੀ ਮੈਨਾਂ ਸ਼ਾਦੀ ਕਰਨਾ ਮੈਨਾਂ ਤਾਂ ਆਪਣੇ ਘਰ ਮੈਂ ਨਹੀਂ ਨੇ ਪੈਸੇ ਦੇ ਸਕਦਾ ਅੱਛਾ ਹਾਂ ਮੈਂ ਆਪ ਕਿਆ ਸਾਥ ਮੈਂ ਆਪ ਕੋ ਕਿੰਨੇ ਦਾ ਦੂੰ 50 ਲੱਖ ਰੁਪਿਆ ਮੈਂ ਦੂੰ ਆ ਪੜ੍ਹ ਲਈ ਕੀ ਹੋ ਤੁਹਾਨੂੰ ਕਿਸੇ ਮਾਸਟਰ ਨੇ ਭੈਣ ਦੀ ਪੇਸ਼ ਕੀਤੀ ਕਿ ਮੰਗਣਾ ਨਾ ਕੋ ਮੰਗਣਾ ਦੱਸ ਕੇ ਰੱਖ ਇਹਨੇ ਪੈਸੇ ਨਾ ਮੰਗ ਰਹੇ ਹੋ ਜਿਹੜੇ ਗੁਜ਼ਾਰੇ ਕਹਿ ਕੇ ਕਹੋ ਕਿਉਂ ਕਿ ਇਹ ਗੁਜ਼ਾਰਾ ਨਹੀਂ ਹੁੰਦਾ ਕੰਮ ਹੈ ਉਸੋ ਵਿੱਚ ਨਹੀਂ ਕਰੋਗੇ ਵਾਲੇ ਮੇਰੇ ਰੇਟ ਕੋ ਮਾਰੋ ਮਾਸ਼ਾ
ਕੋਈ ਲੈਣ ਨੂੰ ਬੈਠੇ ਤਾਂ ਪਹਿਲੀ ਛੱਤ ਚ ਵੀ ਕਰਦੇ ਕੁੜੀ ਆਉਂਦੀ ਕੀ
ਤੇਰੀ ਵਾਰੀ ਸੀ ਗੁਰ ਬ੍ਰਹਮ ਤੇਰਾ ਤੇਰੀ ਵਾਰੀ ਹੋ ਹਜਾਈਏ ਜੀ ਕਿੱਡਾ ਪਿੰਡਾਂ ਵਿੱਚ ਗਾਇਰ ਤੇ ਟਕੇ ਸੀ ਇਹ ਕੁੜੀ ਆਈ ਹੈ ਤੁਹਾਡੇ ਘਰ ਉਹਦੇ ਹੱਥ ਫੜ ਕੇ ਇੰਜ ਕੀਤਾ ਇੰਜ ਕੀਤਾ ਚਲ ਤੇਰੀ ਵਾਰੀ ਹੋ ਵਾਰੀ ਹੋ ਗਈ ਤੇਰੀ ਵਾਰੀ 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 ਸਹੀ ਨਹੀਂ ਪੀਸੀਓ ਪੇ ਜਬ ਆਪ ਕਾਲ ਕਰ ਰਹੇ ਤੇ ਮੈਨੇ 100 ਜ਼ਿਆਦਾ ਕੀਆ ਥਾ ਜਬ ਯੂਨਿਟ ਗਿਰੇ ਥੇ ਕੜੀ ਚੋ ਅੱਜ ਕੜੀ ਬਾਵਾ ਹੀ ਪੱਕੀ ਹੈ ਮੈਂ ਕੋਈ ਯੂਸ
ਮੈਂਗੋ ਜੂਸ ਭੈਣ ਭਰਾ ਹੀ ਲੱਗ ਰਹੇ ਨਹੀਂ ਮਸੂਮ ਚਾਲੀ ਬੱਚੇ ਜਾਣ ਕੇ ਕਹਿੰਦੀ ਮੈਨੂੰ ਸੱਚਾ ਪਿਆਰ ਨਹੀਂ ਮਿਲਿਆ ਖਾਓ ਦਰਬਾਰ ਕਲੰਦਰ ਅੱਗੋ ਚਾਚੀ ਸਾਡੀ ਸਿਆਣੀ ਜੀ ਕਹਿੰਦੀ ਆਈ ਸਾਹਿਬ ਪੈਂਦਲ ਚ ਰਹਿਤਾ ਨਹੀਂ ਤਾਂ ਨਹੀਂ ਹੁੰਦਾ ਨਹੀਂ ਖੁੱਲਾ ਸਰ ਵੇਚਣ ਵਾਲੀ ਏ ਆਈ ਕਿਧਰੇ ਮੇਰਾ ਨਾਮ ਹੈ ਪਿੰਕੀ ਤੇ ਮੇਰਾ ਨਾਮ ਹੈ ਕਾਲਸ਼ਾ ਚੌਕੀ ਮੈਂ ਮੂੰਹ ਨਾ ਗੱਲ ਕਰ ਪਾਡੇ ਨਾਲ ਆ ਮੂੰਹ ਨਾ ਗੱਲ ਕਰ ਮੂੰਹ ਹਲੋ ਪਿਆਰ ਕੀਆ ਤੂੰ ਕਦੀ ਕਿਸੇ ਨੇ ਨਹੀਂ ਸ਼ਾਦੀ ਵੀ ਨਹੀਂ ਹੋਈ ਤੂੰ ਪਿਆਰ ਵੀ ਨਹੀਂ ਕੀਤਾ ਨਹੀਂ ਤੇ ਪਿਆਰ ਕਰਿਆ ਕਰੋ ਨਾ ਮੈਨੂੰ ਕਰ ਮੇਰਾ ਕਰ ਲਿਆ ਹਾਂ ਪਿਆਰ ਕਰਕੇ ਕਿੱਥੇ ਲੈ ਕੇ ਜਾਏਗਾ ਜਿੱਥੋਂ ਪਹਿਲਾਂ ਫੋਨ ਆਏਗਾ ਚਾਚੀ ਦਾ ਹਸਨ ਦਾ ਬਾਬੇ ਦਾ ਹਸਨ ਦਾ ਮੁਫੀ ਦਾ ਹਸਨ ਕਿਉਂ ਕਿਉਂ ਭਾਗਾ ਹਾਂ ਦਾ ਸਕਦਾ ਸਾਰੇ ਦਾ ਵੀ ਆ ਸਕਦਾ ਉਹ ਉੱਥੇ ਵੀ ਜਾ ਸਕਦਾ ਆਪ ਕਿਉਂ ਬਾਤ ਕਰਦੀ ਹੈ ਉਹ ਮਾਰੇ ਪਿਆਰੇ ਲੋਕ ਹੈ ਖੁਦਾ ਦੀ ਕਸਮ ਇਹ ਲੋਕ ਨਾ ਹੋ ਹਮੇ ਪਹਿਲੇ ਦੇ ਫਰਕਾਰ ਨਹੀਂ ਸਾਰੀ ਰੌਣਕਾਂ ਇਹਨਾਂ ਦੇ ਨਾਲ ਸਾਡੇ ਜੱਜ ਨੇ ਔਰ ਇਹਨੂੰ ਜਿਸ ਦਾ ਫੈਸਲਾ ਹੈ ਤੇਰੀ ਪੁੱਠੀ ਨੂੰ ਤਲਾਕ ਦੋਸਤੋ ਗੱਲ ਸ਼ਕਲੋ ਸੋਹਣੇ ਅੰਦਰੋਂ ਨੀਤਾਂ ਬੁਰੀਆਂ ਨੇ ਮੂੰਹ ਤੇ ਹਾਸੇ ਬਗਲਾਂ ਦੇ ਵਿੱਚ ਛੁਰੀਆਂ ਕਿਆ ਬਾਤ ਹੈ ਮਾਰ ਕੇ ਸੁੱਟ ਗਏ ਯਾਰ ਨੂੰ ਯਾਰ ਬਜ਼ਾਰਾਂ ਕਈ ਵਾਰੀ ਮੈਂ ਖਬਰ ਪੜੀ ਅਖਬਾਰਾਂ ਪਤਾ ਹੈ ਨਹੀਂ ਮੈਂ ਨਹੀਂ ਆ ਸਕਦਾ ਤੇ ਮੂੰਹ ਜ਼ਿਆਦਾ ਮੇਰੇ ਇਹ ਬਾਰਾਂ ਸਾਲ ਤੋਂ ਉੱਪਰ ਹੀ ਜਾਨੂੰ ਇਹਨੇ ਝੂਠਾ ਬੋਲ
ਮੈਂ